ਆਫਿਸ ਦੇ ਵਿੱਚ ਪੀਐਲਏ ਬ੍ਰਾਂਚ ਦੇ ਵਿੱਚ ਇੱਕ ਜੋ ਕਿ ਅਧਿਕਾਰੀ ਸੀ ਡਿਪਟੀ ਕਮਿਸ਼ਨਰ ਪਟਿਆਲਾ ਦੇ ਜਾਲੀ ਸਾਈਨ ਕਰਕੇ ਅਸਲਾ ਲਾਇਸੈਂਸ ਬਣਾਉਂਦੇ ਸਨ। ਉਹਦੇ ਆਧਾਰ ਤੇ ਪੈਸਿਆਂ ਦਾ ਲੈਣ ਦੇਣ ਹੋਣਾ ਵੀ ਪਾਇਆ ਗਿਆ ਇਹਦੇ ਵਿੱਚ ਕਿ ਪੈਸੇ ਲੈ ਕੇ ਅਸਲਾ ਤਿਆਰ ਲਾਇਸੈਂਸ ਕੀਤਾ ਜਾ ਰਿਹਾ ਸੀ। ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਵਰਤਿਆ ਜਾਊਗਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜਿਓ ਔਨ ਏਅਰ ਨਾਲ, ਮੈਂ ਹਾਂ ਚਰਨਜੀਤ ਜੋਸ਼ੀ। ਇਸ ਵੇਲੇ ਦੀ ਪਟਿਆਲਾ ਤੋਂ ਵੱਡੀ ਖਬਰ ਆ ਰਹੀ ਹੈ ਕਿ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਫਿਸ ਦੇ ਵਿੱਚ ਪੀਐਲਏ ਬ੍ਰਾਂਚ ਦੇ ਵਿੱਚ ਇੱਕ ਜੋ ਕਿ ਅਧਿਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਦੇ ਜਾਲੀ ਸਾਈਨ ਕਰਕੇ ਅਸਲਾ ਲਾਇਸੈਂਸ ਬਣਾਉਂਦੇ ਸਨ। ਇਹ ਮਾਮਲਾ ਜਦੋਂ ਕੱਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਆਇਆ ਤਾਂ ਪੀਐਲਏ ਬ੍ਰਾਂਚ ਦਾ ਅਧਿਕਾਰੀ ਪ੍ਰਵੀਨ ਕੁਮਾਰ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧੀ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਅਧਿਕਾਰੀ ਦੇ ਖਿਲਾਫ ਮਾਮਲਾ ਦਰਜ ਕਰਕੇ ਔਰ ਉਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਇਹ ਬਹੁਤ ਵੱਡਾ ਮਾਮਲਾ ਹੈ ਕਿ ਡਿਪਟੀ ਕਮਿਸ਼ਨਰ ਪਟਿਆਲਾ ਦੇ ਜਾਲੀ ਸਾਈਨ ਕਰਕੇ ਅਸਲੇ ਦੇ ਲਾਇਸੈਂਸ ਬਣਾਏ ਜਾ ਰਹੇ ਸੀ। ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਦੇ ਧਿਆਨ 'ਚ ਆਇਆ ਤਾਂ ਤੁਰੰਤ ਹੀ ਉਹਨਾਂ ਨੇ ਪੀਐਲਏ ਬ੍ਰਾਂਚ ਦੇ ਵਿੱਚ ਅਧਿਕਾਰੀ ਪ੍ਰਵੀਨ ਕੁਮਾਰ ਨੂੰ ਆਪਣੇ ਆਫਿਸ 'ਚ ਬੁਲਾਇਆ। ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਨੇ ਮੰਨਿਆ ਕਿ ਮੈਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਜਾਲੀ ਸਾਈਨ ਕਰਕੇ ਮੈਂ ਅਸਲਾ ਲਾਇਸੈਂਸ ਬਣਾਉਂਦਾ ਸੀ। ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਪ੍ਰਦੀਪ ਬਾਜਵਾ ਨੂੰ ਮੌਕੇ ਤੇ ਬੁਲਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਾਇਆ ਤਾਂ ਉਸਦੀ ਜਾਂਚ ਆ ਰਹੀ ਹੈ। ਸੀਆਈਓ ਸਟਾਫ ਪਟਿਆਲਾ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਇਹ ਬਹੁਤ ਵੱਡਾ ਮਾਮਲਾ ਹੈ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਜਾਲੀ ਸਾਈਨ ਕਰਕੇ ਅਸਲੇ ਦੇ ਲਾਇਸੈਂਸ ਬਣਾਏ ਜਾ ਰਹੇ ਸੀ। ਜਦੋਂ ਇਸਦੀ ਸੂਹ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਲੱਗੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਕਮੇਟੀ ਗਠਨ ਕੀਤੀ। ਜਦੋਂ ਪਤਾ ਚੱਲਿਆ ਕਿ ਜਾਲੀ ਸਾਈਨਾਂ ਦੇ ਨਾਲ ਲਾਇਸੈਂਸ ਬਣ ਰਹੇ ਨੇ ਤਾਂ ਤੁਰੰਤ ਦੋਸ਼ੀ ਪ੍ਰਵੀਨ ਕੁਮਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧੀ ਇੰਚਾਰਜ ਪ੍ਰਦੀਪ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਸ਼ੀ ਨੂੰ ਥਾਣਾ ਤ੍ਰਿਪੜੀ ਦੇ ਵਿੱਚ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਹੋਰ ਕੌਣ ਕੌਣ ਦੋਸ਼ੀ ਹਨ, ਕਿਉਂਕਿ ਇਹ ਇਕੱਲਾ ਵਿਅਕਤੀ ਨਹੀਂ ਹੋ ਸਕਦਾ। ਪਟਿਆਲਾ ਦੇ ਮਿੰਨੀ ਸੈਕਟਰੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਇਸ ਦੇ ਨਾਲ ਕੋਈ ਹੋਰ ਵੀ ਕੋਈ ਉਹਦੇ ਨਾਲ ਮੁਲਾਜ਼ਮ ਹੋ ਸਕਦੇ ਨੇ, ਕਿਉਂਕਿ ਬਹੁਤ ਵੱਡੀ ਗੱਲ ਹੈ। ਡਿਪਟੀ ਕਮਿਸ਼ਨਰ ਪਟਿਆਲਾ ਜੋ ਕਿ ਜ਼ਿਲ੍ਹੇ ਦੇ ਇੱਕ ਡਿਪਟੀ ਕਮਿਸ਼ਨਰ ਜ਼ਿਲ੍ਹੇ ਦੇ ਡੀਸੀ ਹੁੰਦੇ ਨੇ, ਉਹਨਾਂ ਦੇ ਜਾਲੀ ਸਾਈਨਾਂ ਦੇ ਨਾਲ ਜਦੋਂ ਅਸਲੇ ਦੇ ਲਾਇਸੈਂਸ ਬਣਨ ਲੱਗ ਜਾਂਦੇ ਫਰਕ ਤਾਂ ਪੈਂਦਾ ਤੇ ਇਸ ਤੇ ਹੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੀਐਲਏ ਬ੍ਰਾਂਚ ਦੇ ਅਧਿਕਾਰੀ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਔਰ ਉਸਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਸਖਤੀ ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਹੋਰ ਕੌਣ ਕੌਣ ਇਸ ਜਿਹੜਾ ਕਿ ਗੋਰਖ ਧੰਦਾ ਚਲਾਇਆ ਜਾ ਰਿਹਾ ਸੀ ਡਿਪਟੀ ਕਮਿਸ਼ਨਰ ਦੇ ਸਾਈਨਾਂ ਦੀ ਜਾਲੀ ਸਾਈਨਾਂ ਦੀ ਆੜ ਦੇ ਵਿੱਚ, ਉਸਦੇ ਵਿੱਚ ਹੋਰ ਕਿਹੜੇ ਕਿਹੜੇ ਦੋਸ਼ੀ ਹੈ ਇਹ ਤਾਂ ਹੁਣ ਮਾਮਲੇ ਦੀ ਤਫਤੀਸ਼ ਦੇ ਵਿੱਚ ਹੀ ਸਾਹਮਣੇ ਆਏਗਾ। ਇਹਦੇ ਜੀ ਸਾਨੂੰ ਇੱਕ ਕੰਪਲੇਂਟ ਡੀਸੀ ਆਫਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਵਸੂਲ ਹੋਈ ਸੀਗੀ ਜੀ। ਉਹਦੇ 'ਚ ਕੁਛ ਜਾਲੀ ਅਸਲੇ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ, ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ FIR ਨੰਬਰ 214 ਥਾਣਾ ਤ੍ਰਿਪੜੀ ਵਿਖੇ ਦਰਜ ਕੀਤੀ ਗਈ ਅਤੇ ਉਹਦੇ 'ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀਐਲਏ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਨਾਂ ਦੀ ਕੀਤੀ ਗਈ ਹੈ, ਅੱਗੇ ਜਾਂਚ ਜਾਰੀ ਹੈ ਜੀ। ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ, ਇਹਦੇ 'ਚ ਇਹਨੇ ਜਿਹੜੀ ਫਾਈਲ ਸ਼ੁਰੂ 'ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਹੈ ਉਹਦੇ 'ਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ, ਉਸ ਸੰਬੰਧੀ ਅੱਗੇ ਜਾਂਚ ਜਾਰੀ ਹੈ ਜੀ। ਉਹ ਅੱਜ ਜੱਜ ਸਾਹਿਬ ਦੇ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਲੈਂਦੇ। ਬਿਲਕੁਲ ਜੀ, ਇਸ 'ਚ ਹੋਰ ਜਿਹਨਾਂ ਦੀ ਸ਼ਮੂਲੀਅਤ ਹੋਊਗੀ ਜੀ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਅਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਚੇ ਜਾਣਗੇ।
ਦੇਖੋ ਜੀ, ਇਹ ਜਦੋਂ ਚੈਕਿੰਗ ਹੋਈ ਜੀ ਉਹ ਫਾਈਲਾਂ ਦੀ, ਤੋਂ ਉਹਦੇ 'ਚ ਜਿਹੜਾ ਸਾਈਨ ਜੋ ਮਿਲਾਨ ਕੀਤਾ ਗਿਆ ਜਿਸਾ ਵੱਲੋਂ ਸਰਸਰੀ ਤੌਰ 'ਤੇ, ਉਹ ਜਾਲੀ ਪਾਇਆ ਗਿਆ ਜੀ। ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ, ਫਿਰ ਜਿਹੜੇ ਬੰਦੇ ਦਾ ਲਾਇਸੈਂਸ ਸੀਗਾ ਉਸ ਨਾਲ ਪੁੱਛਗਿੱਛ ਕੀਤੀ ਗਈ, ਉਹਦਾ ਬਿਆਨ ਤਹਿਰੀਰ ਕੀਤਾ ਗਿਆ। ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ 'ਤੇ ਪੈਸਿਆਂ ਦਾ ਲੈਣ ਦੇਣ ਹੋਣਾ ਵੀ ਪਾਇਆ ਗਿਆ ਇਹਦੇ 'ਚ, ਵੀ ਪੈਸੇ ਲੈ ਕੇ ਅਸਲਾ ਤਿਆਰ ਲਾਇਸੈਂਸ ਕੀਤਾ ਜਾ ਰਿਹਾ ਸੀ। ਉਹਦੇ 'ਚੋਂ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ PLA ਬ੍ਰਾਂਚ ਦੇ ਵਿੱਚ ਲੱਗਿਆ ਹੋਇਆ ਮੁਲਾਜ਼ਮ ਹੈ, ਉਹਦੀ ਗ੍ਰਿਫਤਾਰੀ ਕੀਤੀ ਗਈ ਹੈ, ਅਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਬਚਿਆ ਜਾਊਗਾ ਸਰ। ਕਿੰਨੇ ਸਮੇਂ ਤੋਂ ਤੁਸੀਂ ਜੀ ਉੱਥੇ? ਇਹ ਕਾਫੀ ਸਮੇਂ ਤੋਂ, ਪਿਛਲੇ 10-12 ਮਹੀਨਿਆਂ ਤੋਂ ਉੱਥੇ ਤਨਾਤ ਸੀਗਾ ਜੀ। ਅੱਗੇ ਜਾਣਕਾਰੀ ਇਹਦੀ ਹੋਰ ਹਾਸਲ ਕੀਤੀ। ਬਿਲਕੁਲ ਜੀ, ਏਜੰਟਾਂ ਤੋਂ ਬਿਨਾਂ ਨਹੀਂ ਇਹ ਗੱਲ ਹੋ ਸਕਦੀ, ਉਹ ਵੀ ਜਿਹੜੇ ਏਜੰਟ ਦੀ ਵੀ ਆ ਰੋਲ ਵਾਚੇ ਜਾਣਗੇ। ਅਜੇ ਸਿਰਫ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਜੀ, ਅਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਸ ਬਣੀਆਂ ਉਹਨਾਂ ਦੀ ਸਕਰੂਟਨੀ ਕਰ ਰਹੇ ਹਾਂ ਜੀ, ਅਤੇ ਜੋ ਵੀ ਅੱਗੇ ਕਾਰਵਾਈ ਹੋਊਗੀ ਤੁਹਾਡੇ ਨਾਲ ਸਾਂਝੀ ਕੀਤੀ। FIR ਨੰਬਰ 214 ਜੀ, ਥਾਣਾ ਤ੍ਰਿਪੜੀ ਵਿਖੇ ਦਰਜ ਕੀਤੀ ਗਈ ਹੈ, ਅੰਡਰ ਸੈਕਸ਼ਨ 61(2), 336, 340 BNS ਦੇ ਤਹਿਤ ਦਰਜ ਕੀਤੀ ਗਈ। ਬਿਲਕੁਲ ਜੀ ਬਿਲਕੁਲ, ਜਿਹੜੀਆਂ ਇਸ DC ਸਾਹਿਬ ਨੇ ਦੇ ਹੁਕਮਾਂ ਅਨੁਸਾਰ ਉਹਨਾਂ ਦੇ ਟੈਨਿਓਰ ਦੀਆਂ ਜੋ ਫਾਈਲਾਂ ਨੇ ਅਸਲੇ ਦੀਆਂ, ਉਹ ਸਾਰੀਆਂ ਵਾਚੀਆਂ ਜਾਣਗੀਆਂ। ਪਟਿਆਲਾ ਤੋਂ ਆਨ ਏਅਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ।